जी सत श्रीकाल जी, आज मिलाने थोनू अज आप नवी गलबात दे नाल। ते अज सारियां भैणां ने रल के रखे एक प्रोग्राम इत्थे अपना तियां दा। ते सोनू अज तियां दिखाउणे आ भाई, ते आजो फिर चलदे आ ते सोनू मिलाउणे आ सारिआं नूं, ते दिखाउणे आ किवें बोलियां पैंदियां ते किवें गिद्धा पैंदा ते की माहौल बणदा भाई जी। आजो जी फिर चलदे आ। अज सारा भैणा ने रल के प्रोग्राम किया इतने तिया का, तो सोनू दिखाने आप हम वीडियो शेयर भी जरूर कर दौ जी। गलबात है आगे पिंगा ते असीं इधरों चलो हूँ पिंगा का कम, तो फिर इतों बाद नाल बोलियां ते हौली हौली सारियां भैणां ते साडियां मातावां दा मनोरंजन करी जांदियां इह लगियां होईयां।
जी हुण चलदे आपां हॉल दे विच ते उसदू बाद हुण हॉल दे विच इन्हां ने रखिया सारियां भैणां ने प्रोग्राम ते सोनू दिखाउणे उत्थे चल के आ जाओ ते जे वधिया लग्गिया जांदा सोनू प्रोग्राम तीआं दा ते शेयर जरूर कर दिओ भाई जी आ जाओ फिर देखदे आ जिहड़ा भाई जी इन्हां ने रखिया आपदे खाण पीण दा प्रोग्राम समोसे वगैरह स्नैक्स जो भी इन्हां ने सारा इत्थे आ किचन है हॉल दी ठीक है ਇਹਦੇ ਅੰਦਰ ਸਾਰਾ ਪ੍ਰੋਗਰਾਮ ਇਹਨਾਂ ਸੈੱਟ ਕੀਤਾ ਹੋਇਆ ਇਸ ਤੋਂ ਬਾਅਦ ਜਿੱਥੇ ਬਸ ਆਈ ਜਾਂਦੇ ਆ ਫੈਮਲੀਆਂ ਸਾਰੇ ਬੈਠੀ ਜਾਂਦੇ ਆ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਆ ਸਟਾਰਟ ਲਓ ਜੀ ਬਾਈ ਜੀ ਹੁਣ ਆ ਗਈਆਂ ਕੁੜੀਆਂ ਸਾਡੀਆਂ ਡੀ ਜੇ ਫਲੋਰ 'ਤੇ ਹੁਣ ਇਹ ਕਹਿਦੀਆਂ ਅਸੀਂ ਪਾਉਣੀਆਂ ਇੱਥੇ ਧੱਕ ਅਤੇ ਹੁਣੇ ਨੱਚ ਟੱਪ ਕੇ ਬੋਲੀਆਂ ਬੋਲੀਆਂ ਪਾ ਕੇ ਇੱਧਰ ਨੱਚਣ ਟੱਪਣਗੀਆਂ ਹੁਣ ਅਤੇ ਤੁਸੀਂ ਇੱਕ ਗੱਲ ਹੈ ਵੀ ਇਹਨਾਂ 'ਚ ਐਨਰਜੀ ਦੇਖੋ ਬਾਈ ਕਿੰਨੀ ਹੈ ਹੈ ਜੀ ਵੀ ਨਾਲੇ ਇਹ ਕੰਮ ਕਰਕੇ ਆਈਆਂ ਅਤੇ ਸ਼ਿਫਟਾਂ ਵੀ ਲਾ ਕੇ ਆਈਆਂ 8-8 ਘੰਟੇ ਦੀਆਂ ਅਤੇ ਨਾਲੇ ਤੁਸੀਂ ਇਹ ਦੇਖੋ ਇੱਥੇ ਦੇਖੋ ਪੂਰੀ ਤੱਕ ਪਾ ਰਹੀਆਂ ਘੱਟ ਨਹੀਂ ਕਿਸੇ ਤੋਂ ਕੋਈ ਵੀ ਕੁੜੀ ਇੱਕ ਦੂਜੇ ਤੋਂ ਵੱਧ ਕੇ ਸਭ ਦੀ ਪਰਫੋਰਮੈਂਸ ਹੈ ਅਤੇ ਇੱਧਰ ਸਾਡੀਆਂ ਭੈਣਾਂ ਨੇ ਕਿਚਨ ਸਾਂਭੀ ਹੋਈ ਹੈ ਆਪਾਂ ਇਹਨਾਂ ਕੋਲ ਚੱਲਦੇ ਹਾਂ ਅਤੇ ਆਹ ਸਾਡੀ ਭੈਣਾਂ ਬਣਾ ਰਹੀਆਂ ਚਾਹ ਆਹ ਸਾਡੀ ਭੈਣ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅਤੇ ਇਹ ਕੁੜੀਆਂ ਦੇਖੋ ਅਸਲ ਵਿੱਚ ਤੁਸੀਂ ਇਹ ਦੇਖੋ ਵੀ ਸਭ ਤੋਂ ਐਂਡ ਉੱਤੇ ਇਹ ਕੁੜੀਆਂ ਨੇ ਹੀ ਧੱਕ ਭੈਣਾਂ ਨੇ ਸਾਡੀ ਸਭ ਤੋਂ ਜ਼ਿਆਦਾ ਪਾਉਣੀਆਂ ਇੱਧਰ ਲਾ ਰੱਖਿਆ ਇਹਨਾਂ ਨੇ ਸਨੈਕਸ ਵਗੈਰਾ ਖਾਓ ਪੀਓ ਅਤੇ ਮੌਜ ਕਰੋ ਬਾਈ ਜੋ ਵੀ ਆਪਣੇ ਆਪ ਚੱਕੋ ਅਤੇ ਆਪਦਾ ਇੰਜੋਏ ਕਰੋ ਕਹਿੰਦੇ ਆ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹਨਾਂ ਦੀਆਂ ਮੈਂ
ਬਾਈ ਜੀ ਹੁਣ ਫਿਰ ਆ ਗਈਆਂ ਆਪਣੀਆਂ ਭੈਣਾਂ ਕਿ ਬੋਲੀਆਂ ਬੋਲੀਆਂ ਪਾ ਕੇ ਕਹਿੰਦੀਆਂ ਫਿਰ ਡੀ ਜੇ ਫਲੋਰ 'ਤੇ ਹੁਣ ਕਹਿੰਦੇ ਗਰਦ ਉਠਾਉਣੀਆਂ ਅਸੀਂ ਅਤੇ ਤੁਸੀਂ ਐਨਰਜੀ ਦੇਖੋ ਬਾਈ ਕੁੜੀਆਂ ਦੀ ਇੱਕ ਦੂਜੀ ਤੋਂ ਵੱਧ ਕੇ ਚੱਲ ਰਹੀ ਹੈ ਅਤੇ ਅਸੀਂ ਪੰਜਾਬ ਤੋਂ ਦੂਰ ਜ਼ਰੂਰ ਹੈ ਇਹ ਵੀ 32-33,000 ਕਿਲੋਮੀਟਰ ਅਸੀਂ ਦੂਰ ਬੈਠੇ ਹਾਂ ਪਰ ਇੱਕ ਗੱਲ ਹੈਗੀ ਹੈ ਵੀ ਜੋ ਪੰਜਾਬ ਦੇ ਤਿਉਹਾਰ ਹੈ ਜੋ ਰੀਤੀ ਰਿਵਾਜ਼ ਹੈ ਅਸੀਂ ਆਪਦੇ ਦਿਲਾਂ ਵਿੱਚ ਸਮੋ ਕੇ ਰੱਖਿਆ ਬਾਈ ਅਤੇ ਤਾਂ ਕਿ ਇੱਥੇ ਇੰਜੋਏ ਅਸੀਂ ਕੁਛ ਨਾ ਕੁਛ ਸੈਲੀਬ੍ਰੇਟ ਕਰਦੇ ਰਹਿੰਦੇ ਹਰ ਇੱਕ ਤਿਉਹਾਰ ਨੂੰ ਦਿਵਾਲੀ ਦੁਸਹਿਰਾ ਕੋਈ ਵੀ ਅਸੀਂ ਇਸੇ ਤਰ੍ਹਾਂ ਹੀ ਸਾਰੀਆਂ ਪੰਜਾਬੀ ਕਮਿਊਨਿਟੀ ਦੀਆਂ ਫੈਮਲੀਆਂ ਜਿਹੜੀਆਂ ਅਸੀਂ ਪੰਜਾਬੀ ਹਿੰਦੂ ਜੋ ਵੀ ਸਾਰੀਆਂ ਜਿੰਨੀਆਂ ਅਸੀਂ ਹੈਗੇ ਹਾਂ ਅਸੀਂ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਰਹਿੰਦੇ ਹਾਂ ਅਤੇ ਹੁਣ ਤੁਹਾਨੂੰ ਦਿਖਾਉਂਦੇ ਵੀ ਰਿਹਾ ਕਰਾਂਗੇ ਅਸੀਂ ਰੈਗੂਲਰ ਨਾਲ ਦੀ ਨਾਲ ਅਤੇ ਤੁਸੀਂ ਦੇਖੋ ਵੀ ਹਰ ਇੱਕ ਕੁੜੀ ਇੰਜੋਏ ਕਰ ਰਹੀ ਹੈ ਭੈਣ ਸਾਡੀ ਅਤੇ ਇੱਕ ਦੂਜੇ ਤੋਂ ਵੱਧ ਕੇ ਠੀਕ ਹੈ ਜੀ ਇਹ ਗੱਲਬਾਤ ਐਂ ਆ ਬਾਈ ਜੀ ਹੁਣ ਤੁਸੀਂ ਜਿਹੜਾ ਇਹ ਪ੍ਰੋਗਰਾਮ ਕੁੜੀਆਂ ਨੇ ਆਪਣੀਆਂ ਭੈਣਾਂ ਨੇ ਕੀਤਾ ਨਾ ਇਹ ਸਾਰਾ ਇਹਨਾਂ ਨੇ ਖੁਦ ਹੀ ਔਰਗਨਾਈਜ਼ ਕੀਤਾ ਖੁਦ ਆਪਣੇ ਆਪ ਪ੍ਰਬੰਧ ਕੀਤਾ ਬਾਈ ਇੰਨੀ ਕਨੇਡਾ ਦੀ ਬਿਜ਼ੀ ਲਾਈਫ ਦੇ ਵਿੱਚੋਂ ਵੀ ਜਿਹੜਾ ਇਸ ਤਰ੍ਹਾਂ ਇੰਜੋਏਮੈਂਟ ਦਾ ਪ੍ਰੋਗਰਾਮ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਬਾਈ ਜੀ ਆਪਣੇ ਆਪ ਦੇ ਵਿੱਚ ਅਤੇ ਸਪੈਸ਼ਲੀ ਕੁੜੀਆਂ ਨੇ ਖੁਦ ਕਰਨਾ ਹੋਵੇ ਵੀ ਕਿਸੇ ਦੀ ਕੋਈ ਪਰਮਿਸ਼ਨ ਨਹੀਂ ਜਾਂ ਕੁਛ ਹੋਰ ਨਹੀਂ ਸਭ ਕੁਛ ਆਪੇ ਕਰਕੇ ਆਪਦਾ ਇੰਜੋਏਮੈਂਟ ਕਰਕੇ ਕੰਮ ਕਰਕੇ ਆਈਆਂ ਦੇਖੋ ਵੱਡੀ ਗੱਲ ਹੈ ਵੀ ਸ਼ਿਫਟਾਂ ਲਾ ਕੇ ਆਈਆਂ 8 ਘੰਟੇ ਦੀਆਂ ਅਤੇ ਕਈ ਭੈਣਾਂ ਨੇ ਜਾ ਕੇ ਹਾਲੇ ਕੰਮਾਂ 'ਤੇ ਜਾਣਾ ਵੀ ਹੋਊਗਾ ਇਹਨਾਂ ਦੇ ਵਿੱਚੋਂ ਵੀ ਹਾਲੇ ਉਹਨਾਂ ਦੀ ਸ਼ਾਮ ਦੀ ਸ਼ਿਫਟ ਵੀ ਹੋਣੀ ਹੈ ਅਤੇ ਇਸ ਤਰ੍ਹਾਂ ਬਈ ਇਹ ਵੀ ਛੋਟੇ ਮੋਟੇ ਜੋ ਵੀ ਪ੍ਰੋਗਰਾਮ ਹੈ ਜੋ ਵੀ ਆਪਣੇ ਕਲਚਰ ਦੇ ਹੈਗੇ ਹੈ ਉਹਨਾਂ ਨੂੰ ਪ੍ਰੋਪਰ ਪੂਰੇ ਤੌਰ 'ਤੇ ਹੀ ਇੰਜੋਏ ਕਰਦੇ ਰਹਿੰਦੇ ਹਾਂ ਅਸੀਂ ਠੀਕ ਹੈ ਜੀ ਅਤੇ ਜਿਹੜਾ ਇਹ ਤੀਆਂ ਦਾ ਤਿਉਹਾਰ ਬਈ ਜੀ ਇਹ ਮੋਸਟਲੀ ਸਾਡੀਆਂ ਭੈਣਾਂ ਵਾਸਤੇ ਹੀ ਬਣਿਆ ਅਤੇ ਤੁਸੀਂ ਇਹ ਦੇਖੋ ਵੀ ਸੱਜ ਧੱਜ ਕੇ ਵੀ ਪੂਰੀਆਂ ਆਈਆਂ ਫੁਲਕਾਰੀਆਂ ਫੁਲਕੂਰੀਆਂ ਦੇ ਨਾਲ ਹੋਰ ਆਪਦਾ ਕੱਪੜੇ ਲੀੜੇ ਤੁਸੀਂ ਦੇਖੋ ਵੀ ਸਭ ਨੇ ਇੱਕ ਦੂਜੇ ਤੋਂ ਚੜਕੇ ਪਾਏ ਆ ਬਈ ਕੋਈ ਕਿਸੇ ਤੋਂ ਘੱਟ ਨਹੀਂ ਦਿਖਦੀ ਸਭ ਨੇ ਪੂਰਾ ਆਪਦਾ ਇੰਜੋਏ ਵੀ ਫੁੱਲ ਕੀਤਾ ਅਤੇ ਬਾਕੀ ਖਾਣ ਪੀਣ ਦਾ ਵੀ ਸਾਰਾ ਇਹਨਾਂ ਨੇ ਪ੍ਰਬੰਧ ਆਪ ਹੀ ਭੈਣਾਂ ਨੇ ਕੀਤਾ ਬਾਈ ਜੀ ਇਹ ਇਸ ਤੋਂ ਬਾਅਦ ਬਾਈ ਜੀ ਫਿਰ ਹੁਣ ਤੁਸੀਂ ਇੱਕ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਤਾਂ ਕਿ ਸਾਡੀਆਂ ਭੈਣਾਂ ਦਾ ਮਾਣ ਸਤਿਕਾਰ ਵੀ ਵੱਧ ਜਾਂਦਾ ਹੌਂਸਲਾ ਵੀ ਵੱਧ ਜਾਂਦਾ ਬਾਈ ਜੀ ਤਾਂ ਕਿ ਫਿਰ ਅਗਲੇ ਤੋਂ ਗਾਹਾਂ ਤੋਂ ਕੋਈ ਨਵਾਂ ਪ੍ਰੋਗਰਾਮ ਕਰਨਾ ਹੈ ਫਿਰ ਥੋੜ੍ਹਾ ਜਿਹਾ ਉਤਸ਼ਾਹ ਜ਼ਿਆਦਾ ਹੋ ਜਾਂਦਾ ਇਸ ਗੱਲ ਨਾਲ ਅਤੇ ਇਸ ਕਰਕੇ ਤੁਸੀਂ ਸ਼ੇਅਰ ਕਰਨ ਦੀ ਘੋਲ ਨਾ ਕਰਿਓ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਅਤੇ ਮੇਰੇ ਭਰਾਵਾਂ ਨੂੰ ਵੀ ਬਾਈਆਂ ਨੂੰ ਸਾਰਿਆਂ ਨੂੰ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਕਮੈਂਟ ਕਰਕੇ ਵੀ ਦੱਸਿਓ ਅਤੇ ਇੱਧਰ ਮੇਰੇ ਸਹਿਯੋਗੀ ਸਾਡੇ ਬਾਈ ਜੀ ਸਿੱਧੂ ਸਾਹਿਬ ਵੀ ਆ ਗਏ ਆਪਾਂ ਇਹਨਾਂ ਦੀ ਵੀ ਥੋੜ੍ਹੀ ਬਹੁਤੀ ਜਾਣਕਾਰੀ ਲੈਂਦੇ ਹਾਂ ਵੀ ਇਹਨਾਂ ਨੂੰ ਵੀ ਕਿਵੇਂ ਲੱਗਿਆ ਪ੍ਰੋਗਰਾਮ ਵੀ ਕਿਸ ਤਰ੍ਹਾਂ ਮਨਾਇਆ ਵੀ ਕਿਵੇਂ ਦਿਖ ਰਹੀਆਂ ਸਾਡੀਆਂ ਭੈਣਾਂ ਦਾ ਗੱਲਬਾਤ ਹਾਂਜੀ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈਗਾ ਆਪਣੀਆਂ ਭੈਣਾਂ ਬੀਬੀਆਂ ਦੇ ਵੱਲੋਂ ਅਤੇ ਬਹੁਤ ਹੀ ਪੁਰਾਣਾ ਵਿਰਸਾ ਹੈਗਾ ਇਸ ਵਿਰਸੇ ਨੂੰ ਸੰਭਾਲਦੇ ਹੋਏ ਅੱਗੇ ਤੁਰੀਆਂ ਨੇ ਅਤੇ ਇੱਦਾਂ ਹੀ ਆਪਦੇ ਆਉਣ ਵਾਲੇ ਬੱਚਿਆਂ ਨੂੰ ਇਹ ਇਨਕਰੇਜ ਕਰਨਗੀਆਂ ਕਿ ਇਹ ਸਦਾ ਹੀ ਚੱਲਦਾ ਰਹੇ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਜੀ ਇਹਨਾਂ ਦਾ ਅਤੇ ਦੇਖ ਕੇ ਮਨ ਖੁਸ਼ ਹੋਇਆ ਅਤੇ